ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਵੀ ਕਿਉਂ ਮਾਰਿਆ ਸੀ ਕਰਨ ਔਜਲੇ ਦੇ ਉਸ ਮੁੰਡੇ ਨੇ ਬੂਟ, ਅਤੇ ਕੌਣ ਸੀਗਾ ਉਹ, ਤਾਂ ਉਸ ਦੀ ਫੋਟੋ ਵੀ ਸਾਹਮਣੇ ਆ ਚੁੱਕੀ ਹੈ, ਤਾਂ ਸਾਰਾ ਕੁਝ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ। ਤਾਂ ਵੀਡੀਓ ਨੂੰ ਆਖਰ ਤੱਕ ਪੂਰੀ ਜ਼ਰੂਰ ਦੇਖਿਓ ਅਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹੋਰ ਵੀਡੀਓਜ਼ ਦੇਖਣ ਦੇ ਲਈ। ਤਾਂ ਜਦੋਂ ਕੱਲ੍ਹ ਕਰਨ ਔਜਲਾ ਆਪਣੇ ਲੰਡਨ ਸ਼ੋਅ ਦੇ ਵਿੱਚ ਪਰਫੋਰਮ ਕਰ ਰਿਹਾ ਸੀਗਾ, ਤਾਂ ਇੱਕਦਮ ਇੱਕ ਬੰਦੇ ਨੇ ਆਡੀਅੰਸ ਦੇ ਵਿੱਚੋਂ ਸਿੱਧਾ ਬੂਟ ਮਾਰਿਆ ਅਤੇ ਉਹ ਬੂਟ ਜਾ ਕੇ ਕਰਨ ਔਜਲੇ ਦੇ ਮੂੰਹ ਦੇ ਕੋਲ ਲੱਗਿਆ। ਤਾਂ ਜਿਸ ਤੋਂ ਬਾਅਦ ਫਿਰ ਔਜਲੇ ਨੇ ਉਸ ਬੰਦੇ ਨੂੰ ਕਿਹਾ ਕਿ ਤੈਨੂੰ ਮੈਂ ਚੈਲੰਜ ਕਰਦਾ ਸਟੇਜ 'ਤੇ 1-on-1 ਲਈ। ਤਾਂ ਜਿਸ ਤੋਂ ਬਾਅਦ ਕੱਲ੍ਹ ਵਾਲੀਆਂ ਵੀਡੀਓਜ਼ ਦੇ ਵਿੱਚ ਆਪਾਂ ਨੂੰ ਇੱਦਾਂ ਨਜ਼ਰ ਆਇਆ ਸੀਗਾ ਵੀ ਉਸ ਬੰਦੇ ਨੂੰ ਫੜ ਕੇ ਲੈ ਕੇ ਵਗ ਗਏ ਸੀਗੇ ਪਿੱਛੇ ਬੈਕ ਸਟੇਜ, ਅਤੇ ਅੱਜ ਜਿਹੜੀ ਨਵੀਂ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਹੈਗੀ, ਉਸ ਦੇ ਵਿੱਚ ਤੁਸੀਂ ਇੱਕ ਨਵਾਂ ਪੱਖ ਵੀ ਵੇਖ ਸਕਦੇ ਹੋ, ਜਿਵੇਂ ਕਿ ਤੁਸੀਂ ਕੁਝ ਕੁ ਫੋਟੋਜ਼ ਦੇਖ ਸਕਦੇ ਹੋ ਉਸ ਵੀਡੀਓ ਕਲਿੱਪ ਦੇ ਵਿੱਚੋਂ, ਅਤੇ ਬਾਕੀ ਉਹ ਪੂਰੀ ਵੀਡੀਓ ਆਪਾਂ ਡਿਸਕ੍ਰਿਪਸ਼ਨ 'ਚ ਐਡ ਕਰ ਦਾਂਗੇ। ਤਾਂ ਜਿੱਥੇ ਜਦੋਂ ਹੀ ਉਹ ਮੁੰਡਾ ਔਜਲੇ ਦੇ ਬੂਟ ਮਾਰਦਾ, ਅਤੇ ਜਦੋਂ ਔਜਲਾ ਉਸ 'ਤੇ ਗੁੱਸਾ ਹੁੰਦਾ, ਉਸ ਤੋਂ ਬਾਅਦ ਇਸ਼ਾਰਿਆਂ ਨਾਲ ਉਹ ਬੰਦਾ ਔਜਲੇ ਨੂੰ ਕਹਿ ਰਿਹਾ ਹੁੰਦਾ ਵੀ ਕਿ ਮੈਂ ਇਹ ਬੂਟ ਸਿਰਫ ਆਟੋਗ੍ਰਾਫ ਲੈਣ ਦੇ ਲਈ ਸੁੱਟਿਆ ਸੀਗਾ, ਅਤੇ ਮੇਰਾ ਕੋਈ ਮਕਸਦ ਨਹੀਂ ਸੀਗਾ ਵੀ ਇਹ ਬੂਟ ਮੈਂ ਤੇਰੇ ਮਾਰਨਾ। ਅਤੇ ਬਾਕੀ ਤੁਸੀਂ ਇਸ ਮੁੰਡੇ ਦੀ ਆਹ ਫੋਟੋ ਵੀ ਵੇਖ ਸਕਦੇ ਹੋ ਆਪਣੀ ਸਕਰੀਨ 'ਤੇ ਹੈਗੀ, ਤਾਂ ਜਿਹਨੂੰ ਕਿ ਬਾਅਦ ਵਿੱਚ ਬੈਕ ਸਟੇਜ ਲੈ ਗਏ ਸੀਗੇ। ਤਾਂ ਇੱਥੇ ਸਿਰਫ ਦੋ ਪੱਖ ਸਾਹਮਣੇ ਆਉਂਦੇ ਨੇ ਵੀ ਜਾਂ ਤਾਂ ਉਹ ਬੰਦੇ ਤੋਂ ਬੂਟ ਜਾਣ ਬੁੱਝ ਕੇ ਔਜਲੇ ਦੇ ਬੱਜੇ, ਕੀ ਪਤਾ ਉਹ ਸੱਚ ਕਹਿ ਰਿਹਾ ਹੋਵੇ ਵੀ ਮੈਂ ਆਟੋਗ੍ਰਾਫ ਲੈਣ ਦੇ ਲਈ ਸੱਟਿਆ ਸੀਗਾ। ਬਾਕੀ ਜੇਕਰ ਔਜਲੇ ਦਾ ਪੱਖ ਦੇਖੀਏ, ਤਾਂ ਜੇਕਰ ਇੱਦਾਂ ਕੋਈ ਬੰਦਾ ਕਿਸੇ ਦੇ ਬੂਟ ਵਗੈਰਾ ਮਾਰੂਗਾ, ਤਾਂ ਉਹ ਮੈਨੂੰ ਤਾਂ ਨਹੀਂ ਲੱਗਦਾ ਵੀ ਆਟੋਗ੍ਰਾਫ ਹੀ ਦੇਊਗਾ ਉਹਨੂੰ, ਕਿਉਂਕਿ ਇਸ ਦੇ ਨਾਲ ਹੀ ਇੱਦਾਂ ਵੀ ਹੋ ਸਕਦਾ ਵੀ ਕੀ ਪਤਾ ਉਹ ਜਦੋਂ ਉਹਨੇ ਬੂਟ ਮਾਰਿਆ ਤਾਂ ਉਸ ਤੋਂ ਬਾਅਦ ਉਹਨੂੰ ਇੱਦਾਂ ਲੱਗਿਆ ਹੋਵੇ ਵੀ ਹੁਣ ਮੇਰਾ ਕਟਾਪਾ ਹੋਣ ਵਾਲਾ ਗਾ, ਅਤੇ ਮੈਂ ਹੁਣ ਇੱਦਾਂ ਦੀ ਸਟੋਰੀ ਬਣਾ ਦਿੰਦਾਗਾ। ਤਾਂ ਇਹਨਾਂ ਦੋ ਚੀਜ਼ਾਂ ਦੇ ਵਿੱਚ ਇੱਕ ਚੀਜ਼ ਹੋ ਸਕਦੀ ਹੈ। ਬਾਕੀ ਤੁਹਾਨੂੰ ਕੀ ਲੱਗਦਾ ਕਮੈਂਟ ਕਰਕੇ ਜ਼ਰੂਰ ਦੱਸੋ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ।